ਸਵੀਟ ਦਾ ਸ਼ੌਂਕ ਕਿਸ ਨੂੰ ਨਹੀਂ ਹੁੰਦਾ ਜੀ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰੇਕ ਨੂੰ ਸਵੀਟ ਦਾ ਸ਼ੌਂਕ ਹੁੰਦਾ ਹੈ ਲੇਕਿਨ ਉਹ ਸਵੀਟ ਹਾਈਜੈਨਿਕ ਤੇ ਹੈਲਦੀ ਹੋਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਮੈਂ ਮੋਗਾ ਦੇ ਰਾਜਸਥਾਨੀ ਸਵੀਟ ਸ਼ਾਪ ਤੇ ਆ ਗਈ ਹਾਂ ਤੇ ਚੱਲ ਕੇ ਦੇਖਦੇ ਹਾਂ ਕਿਹੜੀ ਕਿਹੜੀ ਸਵੀਟ ਪ੍ਰੋਵਾਈਡ ਕਰਵਾ ਰਹੇ ਨੇ ਤੇ ਕੀ ਕੁਛ ਇਵਨਿੰਗ ਸਨੈਕਸ ਦੇ ਵਿੱਚ ਪ੍ਰੋਵਾਈਡ ਕਰਵਾਉਣਗੇ। ਹਰ ਤਰ੍ਹਾਂ ਦੀਆਂ ਸਵੀਟਸ ਸਾਨੂੰ ਰਾਜਸਥਾਨੀ ਸਵੀਟਸ ਅਵੇਲੇਬਲ ਕਰਵਾਈਆਂ ਜਾਣਗੀਆਂ ਤੇ ਮੈਂ ਤੁਹਾਨੂੰ ਦੱਸ ਦਾਂਗੀ ਬਿਲਕੁਲ ਟੋਟਲੀ ਫਰੈਸ਼ ਮਟੀਰੀਅਲ ਹੁੰਦਾ ਜੀ, ਹਾਈਜੈਨਿਕ ਜਿਹੜਾ ਕਿ ਮਟੀਰੀਅਲ ਯੂਜ਼ ਹੁੰਦਾ ਜਦੋਂ ਵੀ ਸਵੀਟਸ ਬਣਾਈਆਂ ਜਾਂਦੀਆਂ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਇਸ ਨੂੰ ਡਿਸਪਲੇ ਕੀਤਾ ਗਿਆ ਜਿਸ ਨੂੰ ਦੇਖ ਕੇ ਖਾਣ ਦਾ ਮਨ ਕਰਦਾ ਹੈ ਜੀ। ਹੋਰ ਦੇਖਦੇ ਹਾਂ ਰਾਜਸਥਾਨੀ ਸਵੀਟਸ ਤੱਕ ਤੁਸੀਂ ਮਾਰੋ ਤੇ ਇੱਕ ਨਜ਼ਰ ਸਵੀਟਸ ਤੇ। ਬਹੁਤ ਹੀ ਜ਼ਿਆਦਾ ਫਰੈਸ਼ ਮਟੀਰੀਅਲ ਜਿਹੜਾ ਕਿ ਸਵੀਟਸ ਬਣਾਉਣ ਦੇ ਵਿੱਚ ਯੂਜ਼ ਕੀਤਾ ਗਿਆ। ਫਿਲਹਾਲ ਮੈਂ ਇੱਥੇ ਡੋਕਲਾ ਟੇਸਟ ਕੀਤਾ, ਬਹੁਤ ਹੀ ਜ਼ਿਆਦਾ ਟੇਸਟੀ ਹੈ। ਇਸ ਤਰ੍ਹਾਂ ਦੱਸਦਾ ਘਰ ਦੇ ਵਿੱਚ ਕੋਈ ਵੀ ਛੋਟਾ ਮੋਟਾ ਪਾਰਟੀ ਜਾਂ ਫੰਕਸ਼ਨ ਹੋਵੇ ਜੀ, ਅਸੀਂ ਸਵੀਟਸ ਅਗਰ ਲੈ ਕੇ ਜਾਂਦੇ ਹਾਂ ਉਸ ਦੇ ਨਾਲ ਹੀ ਨਾਲ ਸਾਨੂੰ ਕੁਛ ਨਮਕੀਨ ਦੇ ਵੀ ਚਾਹੀਦਾ ਜੀ। ਇਸ ਤਰ੍ਹਾਂ ਦੇ ਸਨੈਕਸ ਨੂੰ ਲੈ ਕੇ ਵੀ ਡੀਲ ਕਰਦੇ ਨੇ ਰਾਜਸਥਾਨੀ ਸਵੀਟਸ ਵਾਲੇ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਸਮੋਸਾ, ਕਚੋਰੀ, ਟਿੱਕੀ, ਨੂਡਲਸ, ਬਰਗਰ, ਮਨਚੂਰੀਅਨ ਜੋ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੈ, ਸਭ ਕੁਛ ਅਵੇਲੇਬਲ ਕਰਵਾਇਆ ਗਿਆ। ਉਹ ਟੋਟਲੀ ਹਾਈਜੈਨਿਕ ਫੂਡ ਹੈ ਜੀ, 100% ਫਰੈਸ਼ ਅਤੇ ਗੁੱਡ ਮਟੀਰੀਅਲ ਜਿਹੜਾ ਕਿ ਯੂਜ਼ ਹੁੰਦਾ ਇਹਨਾਂ ਚੀਜ਼ਾਂ ਨੂੰ ਬਣਾਉਣ ਦੇ ਵਿੱਚ। ਜੇ ਮੈਂ ਆਪਣੀ ਰਾਜਸਥਾਨੀ ਕਚੋਰੀ ਟੇਸਟ ਕਰਦੀ ਹਾਂ ਤੇ ਤੁਸੀਂ ਮਾਰੋ ਇੱਕ ਨਜ਼ਰ ਰਾਜਸਥਾਨੀ ਸਵੀਟਸ ਤੇ। ਜੀ ਕਦੋਂ ਤੋਂ ਆਉਂਦੇ ਹੋ ਜੀ ਰਾਜਸਥਾਨ? ਮੈਂ ਰੈਗੂਲਰ ਆ ਰਿਹਾ ਜੀ, ਤੇ ਬਹੁਤ ਅੱਛੀ ਸਵੀਟਸ ਹੁੰਦੀਆਂ ਨੇ ਜੀ। ਰੈਗੂਲਰ ਕਿਹੜੀ ਸਵੀਟ ਟੇਸਟ ਕਰਨਾ ਹੈ? ਸਰ ਲੱਡੂ, ਕਚੋਰੀ ਜਾਂ ਇਹਨਾਂ ਦਾ ਪੀਨੀ, ਮੈਗੀ ਵਗੈਰਾ, ਬਹੁਤ ਬਰਫੀ ਬਹੁਤ ਅੱਛੀ ਹੁੰਦੀ ਹੈ ਇਹਨਾਂ ਦੀ, ਰਸਗੁੱਲੇ। ਅਸੀਂ ਆਪਣੇ ਘਰ ਦੇ ਫੰਕਸ਼ਨ ਦੇ ਵਿੱਚ ਜਦੋਂ ਕੋਈ ਆਰਡਰ ਪਲੇਸ ਕਰਦੇ ਆ ਉਸ ਦੀ ਪਲੇਸਮੈਂਟ ਟਾਈਮ ਟੂ ਟਾਈਮ ਹੋ ਜਾਂਦੀ ਹੈ? ਬਹੁਤ ਰੈਗੂਲਰਲੀ, ਜਦੋਂ ਮਰਜ਼ੀ ਆਪਣਾ ਹੋਮ ਡਿਲੀਵਰੀ ਵੀ ਕਰ ਦਿੰਦੇ ਜ਼ਿਆਦਾ ਮਿਠਾਈ ਲਓ ਤਾਂ। ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੀ ਕੁਆਲਿਟੀ ਬਹੁਤ ਅੱਛੀ ਹੈ। ਘਰ ਦੀ ਮਿਠਾਈ ਵਾਲਾ ਜਿਹੜਾ ਘਰ ਦੇ ਵਿੱਚ ਅਸੀਂ ਫੂਡ ਤਿਆਰ ਕਰਦੇ ਹਾਂ ਉਸ ਦਾ ਟੇਸਟ ਬਹੁਤ ਵਧੀਆ ਜੀ। ਜਿਵੇਂ ਕਚੋਰੀ ਹੈ ਜਾਂ ਛੋਲੇ ਭਟੂਰੇ ਹੈ ਜਾਂ ਹੋਰ ਸਨੈਕਸ ਹੈ, ਉਹ ਵੀ ਬਹੁਤ ਅੱਛੇ ਹੈ। ਔਰ ਢੋਕਲਾ ਬਹੁਤ ਅੱਛਾ ਹੈ ਇਹਨਾਂ ਦਾ। ਸਭ ਤੋਂ ਜ਼ਿਆਦਾ ਤੁਹਾਨੂੰ ਕੀ ਪਸੰਦ? ਮੈਨੂੰ ਤਾਂ ਇਹਦੀ ਕਚੋਰੀ ਬਹੁਤ ਪਸੰਦ ਹੈ ਜੀ। ਕੁਆਲਿਟੀ ਦੇ ਸੈਟਅਪ ਨੂੰ ਮੇਨਟੇਨ ਕਿਵੇਂ ਕੀਤਾ ਜਿਸ ਨੂੰ ਲੈ ਕੇ ਮੈਂ ਰਾਵਲ ਸਿੰਘ ਰਾਜਪੂਈ ਜੀ ਨਾਲ ਗੱਲਬਾਤ ਕਰਨ ਜਾ ਰਹੀ ਹਾਂ ਜੋ ਕਿ ਇੱਥੋਂ ਦੇ ਉਹਨਾਂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਸਭ ਤੋਂ ਪਹਿਲਾਂ ਇਹ ਦੱਸੋ ਜੀ, ਤੁਸੀਂ ਰਾਜਸਥਾਨੀ ਸਵੀਟ ਸ਼ਾਪ ਮੋਗਾ ਦੇ ਵਿੱਚ ਕਿਉਂ ਇੰਟਰੋਡਿਊਸ ਕਰਵਾਇਆ, ਕੀ ਰੀਜ਼ਨ ਸੀ? ਯਹਾਂ ਪੇ ਡਿਮਾਂਡ ਥੀ ਮੈਡਮ ਰਾਜਸਥਾਨ ਸਵੀਟ ਕੀ, ਸਾਰੇ ਲੋਕ ਪਸੰਦ ਕਰ ਰਹੇ ਥੇ, ਬੀਕਾਨੇਰ ਨਾਮ ਰਾਜਸਥਾਨ ਨਾਮ ਕੀ ਕੋਈ ਸਵੀਟ ਸ਼ਾਪ ਨਹੀਂ ਥੀ। ਪਹਿਲੇ ਯਹਾਂ ਪੇ ਆਪਾਂ ਬੇਦੀ ਨਗਰ ਹੋਲਸੇਲ ਦਾ ਕੰਮ ਕਰਦੇ ਸੀ, ਠੀਕ ਹੈ ਨਾ? ਤੋ ਯਹਾਂ ਪੇ ਲੋਕੋ ਕੀ ਡਿਮਾਂਡ ਥੀ, ਬੜੀਆ ਕੁਆਲਿਟੀ ਸਾਫ ਸੁਥਰਾ ਆਈਟਮ ਮਿਲੇ। ਆਪਣੀ ਸਵੀਟ ਦੇ ਵਿੱਚ ਤੁਹਾਡੀ ਸਪੈਸ਼ਲ ਸਵੀਟ? ਆਪਣੀ ਸਪੈਸ਼ਲ ਸਵੀਟ ਆਲੂ ਪਿਆਜ, ਇੱਕ ਦੋ ਨਮਕੀਨ ਆਲੂ ਪਿਆਜ ਦੀ ਕਚੋਰੀ ਬਣਾ ਰਹੀ ਹਾਂ ਪੇ, ਮੋਗੇ ਮ ਕੋਈ ਨਹੀਂ ਬਣਾਉਂਦਾ ਮੈਡਮ, ਠੀਕ ਹੈ ਜੀ? ਬੰਗਾਲੀ ਸਵੀਟ ਬਣਾ ਰਹੇ, ਬੜੀਆ ਕਮਲ ਭੋਗ ਹੋ ਗਿਆ, ਛਨਾ ਮੁਰਗੀ ਹੋ ਗਈ, ਸਪੰਜੀ, ਰਸਗੁੱਲਾ ਹੈ, ਰਸਮਲਾਈ ਹੈ, ਹਮ ਲੱਡੂ ਬਣਾ ਰਹੇ, ਰਾਜਸਥਾਨੀ ਲੱਡੂ ਹੈ, ਉਹ ਵੀ ਆਪਣੀ ਬਹੁਤ ਬੜੀਆ ਕੁਆਲਿਟੀ ਹੈ। ਬਰਫੀ ਮੈਂ ਆਪਾਂ ਵਧੀਆ ਆਈਟਮ ਬਣਾ ਰਹੇ, ਪਨੀਰ ਕੀ ਜਲੇਬੀ ਹੈ, ਇਮਰਤੀ ਹੈ। ਮੈਂ ਦੱਸਦਾ ਜੀ, ਲਕਸ਼ਮੀ ਪਤੀਸਾ ਜਿਹੜਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਟੇਸਟ ਕਰਦੇ ਹੋ, ਖਾਂਦੇ ਹੋ ਜੀ, ਉਹ ਵੀ ਰਾਵਲ ਜੀ ਦੀ ਦੇਣ ਹੈ ਜੀ। ਗੱਲਬਾਤ ਕਰਦੇ ਹਾਂ ਉਸ ਪਤੀਸੇ ਨੂੰ ਲੈ ਕੇ ਨਾ, ਉਸ ਨੂੰ ਕਿੱਦਾਂ ਆਪਾਂ ਉਹਨਾਂ ਨੂੰ 15 ਸਾਲ ਪਹਿਲੇ ਮੈਂ ਸ਼ੁਰੂ ਕੰਮ ਕੀਤਾ ਤਾਂ ਬੋਲਾ, ਧੀਰੇ ਧੀਰੇ ਕਰਕੇ ਕੰਮ ਕੋ ਬੜਾਇਆ, ਲੋਕਾਂ ਨੂੰ ਹੁਣ ਵਧੀਆ ਕੁਆਲਿਟੀ ਦੇ ਰਹੇ, ਬੜੀਆ ਬਣਾ ਕੇ ਦੇ ਰਹੇ, ਲੋਕੋ ਕੋ ਪਸੰਦ ਹੈ ਆਪਣਾ ਚੀਜ਼। ਕੁਆਲਿਟੀ ਨੂੰ ਮੇਨਟੇਨ ਕਿਵੇਂ ਕੀਤਾ ਹੋਇਆ ਜੀ? ਕਾਰੀਗਰਾਂ ਨੂੰ ਕੁਆਲਿਟੀ ਨੂੰ ਮੇਨਟੇਨ ਕਰਨਾ ਬਹੁਤ ਔਖਾ ਹੈ। ਕਾਰੀਗਰਾਂ ਨੂੰ ਸਾਫ ਸੁਥਰਾ, ਬੜੀਆ ਕਾਰੀਗਰ ਲਾਏ, ਹਮਨੇ ਖੁਦ ਨੇ ਧਿਆਨ ਦਿਆ, ਮੈਨੇ ਖੁਦ ਵਹਾਂ ਪੇ ਫੈਕਟਰੀ ਮੇ 5 ਸਾਲ ਪਰਮਾਨੈਂਟ ਕੰਮ ਕੀਆ, ਥੋੜਾ ਕੰਮ ਕਰਕੇ ਧੀਰੇ ਧੀਰੇ ਕਰਕੇ ਲੈਵਲ ਫਿਰ ਉੱਚਾ ਕਰੇ ਕੰਮ ਕੋ ਬੜਾਇਆ। ਲੋ ਜੀ, ਬਿਹਤਰੀਨ ਕੁਆਲਿਟੀ ਦਾ ਪਤੀਸਾ ਸਾਨੂੰ ਇੱਥੇ ਮੋਗਾ ਦੇ ਵਿੱਚ ਪ੍ਰੋਵਾਈਡ ਕਰਵਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਸੈਂਪਲ ਦੇ ਅਨੁਸਾਰ ਸਾਨੂੰ ਕਿਸ ਕੁਆਂਟਿਟੀ ਦੇ ਵਿੱਚ ਪਤੀਸਾ ਚਾਹੀਦਾ ਹੈ ਜੀ, ਉਸ ਤਰ੍ਹਾਂ ਪੈਕਿੰਗ ਦੇ ਵਿੱਚ ਦਿੱਤਾ ਜਾ ਰਿਹਾ ਜੀ।